ਪਹਿਲਾਂ ਤਾਂ ਤੁਹਾਨੂੰ ਕਰੈਕਟ ਕਰਦਾ ਵੀ ਉਹਨਾਂ ਨੇ ਖੁਲਵਾਈਆਂ ਨਹੀਂ, ਉਹਨਾਂ ਨੇ ਤੋੜੀਆਂ ਆ ਉਹ ਸੀਲਾਂ। ਸੀਲਾਂ ਜਿਹੜੀਆਂ ਖੁਲਵਾਈਆਂ ਉਹ ਕਾਰਪੋਰੇਸ਼ਨ ਵੱਲੋਂ ਉਹਨਾਂ ਦਾ ਕੋਈ ਇੰਸਪੈਕਟਰ ਆਉਂਦੇ ਜਾਂ ਕੋਈ ਆਫਿਸਰ ਆਉਂਦੇ ਉਹ ਖੋਲ੍ਹ ਕੇ ਜਾਂਦੇ, ਪਰ ਜਿਹੜੀ ਵੀਡੀਓ ਚੱਲ ਰਹੀ ਆ ਉਹਦੇ ਵਿੱਚ ਤਾਂ ਉਹ ਸੀਲਾਂ ਤੋੜਦੇ ਹੀ ਦਿਖਾਈ ਜਾ ਰਹੇ ਹੈਗੇ ਆ। ਸੋ ਇੱਥੇ ਤਾਂ ਮੁੱਦਾ ਤਾਂ ਇਹ ਆ ਵੀ ਜੇ ਉਹ ਸੀਲਾਂ ਲੱਗੀਆਂ ਸੀਗੀਆਂ, ਜੇ ਕਿਸੇ ਕਾਰਵਾਈ ਦੇ ਅਧੀਨ ਲੱਗੀਆਂ ਸੀ, ਕਿਸੇ ਔਰਡਰ ਦੇ ਅਧੀਨ ਲੱਗੀਆਂ ਸੀਗੀਆਂ, ਤਾਂ ਫਿਰ MLA ਸਾਹਿਬ ਜਿਹੜੇ ਕਿ ਇੱਕ ਪਬਲਿਕ ਪੋਸਟ 'ਤੇ ਹੈਗੇ ਆ ਅਤੇ ਉਹਨਾਂ ਨੇ ਕਾਨੂੰਨ ਆਪਣੇ ਹੱਥ 'ਚ ਲਿਆ, ਅਤੇ ਜੇ ਕਾਨੂੰਨ ਹੱਥ 'ਚ ਲਿਆ ਹੈਗਾ ਅਤੇ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ 'ਤੇ ਕੀ ਕਾਰਵਾਈ ਕਰਦੇ ਆ, ਇਹ ਹੁਣ ਦੇਖਣ ਵਾਲੀ ਗੱਲ ਹੈ। ਅਤੇ ਦੂਸਰੀ ਗੱਲ ਜੇ ਆਪਾਂ ਲੋਕਾਂ ਬਾਰੇ ਸੋਚੀਏ ਤਾਂ ਉਹ 20-20 ਸਾਲਾਂ 'ਤੇ ਉੱਥੇ ਦੁਕਾਨਾਂ 'ਤੇ ਬੈਠੇ ਹੈਗੇ ਆ। ਔਰ ਜੇ MLA ਸਾਹਿਬ ਨੂੰ ਵੀ ਯਾਦ ਦਿਵਾਵਾਂ ਵੀ ਪਿਛਲੀ ਵਾਰੀ ਜਦੋਂ ਹਾਊਸ ਸੀਗਾ ਉਹ ਕੌਂਸਲਰ ਸੀਗੇ, ਉਦੋਂ ਇਸ ਹਾਊਸ ਦੇ ਵਿੱਚ ਇੱਕ ਮਤਾ ਪੈ ਕੇ ਗਿਆ ਸੀਗਾ ਕਿ ਜਿਹੜੀਆਂ ਇੱਦਾਂ ਦੀਆਂ ਬਿਲਡਿੰਗਸ ਹੈਗੀਆਂ ਜਿਹੜੇ ਲੋਕ ਪੈਸੇ ਜਮ੍ਹਾਂ ਕਰਵਾ ਸਕਦੇ ਆ ਜਾਂ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ, ਅਤੇ ਉਹਦੇ ਵਿੱਚ ਇਹ ਵਾਲੀ ਸੜਕ ਦੀਆਂ ਸ਼ੋਪਸ ਵੀ ਸੀਗੀਆਂ। ਇੱਕ ਸਾਲ ਹੋ ਗਿਆ ਹਾਊਸ ਖਤਮ ਹੋਇਆ ਨੂੰ, 2 ਸਾਲ ਹੋ ਗਏ ਸਰਕਾਰ ਬਣਿਆ ਨੂੰ ਆਲਮੋਸਟ, ਅਤੇ ਜੇ MLA ਸਾਹਿਬ ਇੰਨੇ ਹੀ ਕੰਮ ਕਰਨ ਦੇ ਇੱਛੁਕ ਹੈ, ਕੌਂਸਲਰ ਵੀ ਰਹੇ ਆ, ਉਹਨਾਂ ਨੂੰ ਤਾਂ ਮਤੇ ਬਾਰੇ ਪਤਾ ਹੋਣਾ ਚਾਹੀਦਾ ਆ, ਉਹਨਾਂ ਨੂੰ ਤਾਂ ਉਸ ਫਾਈਲ ਦੀ ਪੈਰਵਾਈ ਕਰਨੀ ਚਾਹੀਦੀ ਹੈ ਚੰਡੀਗੜ੍ਹ ਜਾ ਕੇ। ਪਰ ਇਹਨਾਂ ਦੀ ਨਾ ਇੱਕ ਘਟੀਆ ਰਾਜਨੀਤੀ ਦੀ ਆਦਤ ਬਣ ਗਈ ਆ, ਚਾਹੇ ਉਹ ਕੁਮਾਰ ਮੰਡੀ ਹੋਵੇ, BRS ਨਗਰ ਹੋਵੇ, ਅਤੇ ਹੁਣ ਉਹ 'ਚ ਤੀਜਾ ਨੰਬਰ ਮਾਡਲ ਟਾਊਨ ਆ ਗਿਆ, ਵੀ ਪਹਿਲਾਂ ਜਾਓ ਸੀਲਾਂ ਲਵਾਓ ਅਤੇ ਉਸ ਤੋਂ 4 ਘੰਟੇ ਬਾਅਦ ਜਾ ਕੇ ਉੱਥੇ ਡਰਾਮਾ ਜਿਹਾ ਕਰੋ ਅਤੇ ਸੀਲਾਂ ਖੁਲਵਾ ਦਿਉ ਅਤੇ ਕਾਰਵਾਈ ਕੋਈ ਵੀ ਹੋਵੇ ਨਾ। ਅਤੇ ਜਿੱਥੇ ਵੀ ਇਹ ਜਾਂਦੇ ਆ ਤੁਸੀਂ ਇਹ ਦੇਖੋ ਵੀ ਸਾਰੀਆਂ ਪੁਰਾਣੀਆਂ ਦੁਕਾਨਾਂ 'ਤੇ, ਅਤੇ ਜਿੰਨੀਆਂ ਇੰਨੀਆਂ ਇਲੀਗਲ ਕੰਸਟਰਕਸ਼ਨ ਨਵੀਆਂ ਚੱਲ ਰਹੀਆਂ, ਉਹ ਵਿਚਾਰੇ ਸਰਾਭਾ ਨਗਰ A ਬਲੋਕ ਵਾਲੇ ਮਗਰ ਪੈ ਕੇ ਇਹਨਾਂ ਦੇ ਹਾੜੇ ਕੱਢ ਕੱਢ ਕੇ ਥੱਕ ਗਏ। ਉਹ ਤਾਂ ਨਵੀਂ ਸੀਗੀ, ਉਹ ਤਾਂ ਇਹਨਾਂ ਤੋਂ ਢਵਾਈ ਨਹੀਂ ਗਈ, ਚਾਹੇ ਜਿਹੜੀ ਸਾਊਥ ਸਿਟੀ ਰੋਡ 'ਤੇ ਬਣ ਰਹੀ ਹੈਗੀ ਹੈ ਉਹ ਵੀ ਨਹੀਂ ਇਹਨਾਂ ਤੋਂ ਢਵਾਈ ਗਈ ਹੈਗੀ। ਨਵੀਆਂ ਕੰਸਟਰਕਸ਼ਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੈ, ਪੁਰਾਣਿਆਂ ਤੋਂ ਸਿਰਫ ਵੋਟਾਂ ਦੀ ਰਾਜਨੀਤੀ, ਘਟਿਆ ਰਾਜਨੀਤੀ। ਤੁਹਾਡੀ ਜਦੋਂ ਸਰਕਾਰ ਸੱਤਾ 'ਚ ਸੀਗੀ ਕਾਂਗਰਸ ਪਾਰਟੀ, ਉਦੋਂ ਇੱਦਾਂ ਕਦੀ ਹੋਇਆ ਕਾਰਪੋਰੇਸ਼ਨ ਨੇ ਸੀਲ ਲਾਤੀ ਅਤੇ ਤੁਹਾਡੇ ਮੌਜੂਦਾ MLA ਜਾ ਕੇ ਸੀਲ ਤੋੜੇ? ਦੇਖੋ ਮੈਂ ਬਾਕੀਆਂ ਨੂੰ ਕੱਲ੍ਹ ਵੀ ਇਹੀ ਗੱਲ ਕਹੀ ਸੀ, ਜਦੋਂ ਵੀ ਇੱਦਾਂ ਦੀ ਕੋਈ ਕਾਰਵਾਈ ਹੁੰਦੀ ਹੈ, ਡੈਮੋਲੇਸ਼ਨ ਹੁੰਦੀ ਹੈ ਜਾਂ ਸੀਲਿੰਗ ਹੁੰਦੀ ਹੈ, ਜਿਹੜੇ ਪਬਲਿਕ ਰਿਪ੍ਰੈਜੈਂਟੇਟਿਵ ਹੈ ਨਾ, ਚਾਹੇ ਕੌਂਸਲਰ ਹੈ ਜਾਂ MLAs ਹੈ, ਜਾਂਦੇ ਹੈਗੇ ਆ, ਠੀਕ ਹੈ, ਉਸ ਕਾਰਵਾਈ ਦੇ ਵਿੱਚ ਲੋਕਾਂ ਦੇ ਨਾਲ ਜਾ ਕੇ ਖੜ੍ਹੇ ਹੁੰਦੇ ਆ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਹੈ। ਜਾਂ ਤਾਂ ਜਦੋਂ ਇਹ ਬਿਲਡਿੰਗਾਂ ਬਣਦੀਆਂ ਜਾਂ ਕਾਰਪੋਰੇਸ਼ਨ ਨੂੰ ਚਾਹੀਦਾ ਉਦੋਂ ਹੀ ਕਾਰਵਾਈ ਕਰਨ 'ਤੇ ਇਹਨਾਂ ਨੂੰ ਉੱਥੇ ਰੋਕਣ, ਜੇ ਉਹ ਇਲੀਗਲ ਹੈ। ਜਿਹੜੀ ਬਣ ਚੁੱਕੀ ਹੈਗੀ ਹੈ, ਜੇ ਉੱਥੇ ਕਿਸੇ ਦਾ ਰੋਜ਼ੀ ਰੋਟੀ ਦਾ ਰੁਜ਼ਗਾਰ ਚੱਲ ਰਿਹਾ ਹੈਗਾ ਆ, ਅਤੇ ਫਿਰ ਬਾਅਦ 'ਚੋਂ ਜਾ ਕੇ ਕਾਰਵਾਈਆਂ ਕਰਨੀਆਂ ਤਾਂ ਇੱਕ ਆਈ ਵਾਸ਼ ਹੋ ਜਾਂਦਾ ਅਤੇ ਪੋਲੀਟੀਕਲ ਪਾਰਟੀਆਂ ਵਾਲੇ ਜਾਂਦੇ ਆ। ਪਰ ਕਦੀ ਵੀ ਇੱਦਾਂ ਨਹੀਂ ਹੋਇਆ ਕਿ ਕਿਸੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਹੋਵੇ ਕਿ ਉੱਥੇ ਜਾ ਕੇ ਸੀਲਾਂ ਜਿਹੜੀਆਂ ਲੱਗੀਆਂ ਹੈਗੀਆਂ ਉਹ ਤੋੜੀਆਂ ਹੋਣ। ਹਮੇਸ਼ਾ ਹੀ ਤੁਸੀਂ ਦੇਖ ਲਓ ਪਿੱਛੋਂ, ਜਿੰਨੇ ਮਰਜ਼ੀ ਚੱਕ ਕੇ ਦੇਖ ਲਓ, ਜਿੰਨੇ ਵੀ ਲੀਡਰਸ ਹੈ, ਚਾਹੇ ਉਹ ਅਫਸਰਾਂ ਨਾਲ ਗੱਲ ਕਰਨ, ਚਾਹੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ, ਚਾਹੇ ਉੱਪਰ ਚੰਡੀਗੜ੍ਹ ਲੋਕਲ ਬਾਡੀ ਦੇ ਵਿੱਚ ਗੱਲ ਕਰਨ, ਗੱਲਬਾਤ ਦੇ ਤੋਂ ਬਾਅਦ ਹੀ ਉਹ ਸੀਲਾਂ ਖੁੱਲੀਆਂ ਹੈਗੀਆਂ ਔਰ ਖੋਲ੍ਹੀਆਂ ਕਾਰਪੋਰੇਸ਼ਨ ਦੇ ਅਫਸਰਾਂ ਨੇ ਆਪ ਹੈਗੀਆਂ। ਕਦੀ ਵੀ ਇਹ ਨਹੀਂ ਹੋਇਆ ਹੈਗਾ ਵੀ ਕਿਸੇ ਵੀ ਪੋਲੀਟੀਕਲ ਬੰਦੇ ਨੇ ਜਾ ਕੇ ਉਹ ਤੋੜਤੀ ਹੈ, ਫਿਰ ਤਾਂ ਜੰਗਲ ਰਾਜ ਹੋ ਜੂਗਾ। ਜਿਹਦੇ ਕੋਈ ਵੀ ਕਾਰਵਾਈ ਜਾਂ ਕਾਰਪੋਰੇਸ਼ਨ ਜਾਂ ਕੋਈ ਵੀ ਮਹਿਕਮਾ ਕਰਨ ਜਾਊਗਾ, ਉਹ ਤਾਂ ਆਪ ਜਾ ਕੇ ਉੱਥੇ ਕੋਈ ਵੀ ਸੀਲ ਤੋੜ ਲਏਗਾ। ਹੱਥ ਬੰਨ ਨਹੀਂ ਦਿੱਤੇ ਉਹਨਾਂ ਨੂੰ ਤਾਂ, ਮਤਲਬ ਕਿ ਇੱਕ ਇੰਸਟੀਟਿਊਟ ਨੂੰ ਖਤਮ ਕਰਤਾ। 2 ਚੀਜ਼ਾਂ ਆ, ਜੇ ਅਧਿਕਾਰੀਆਂ ਨੇ ਗਲਤ ਕਾਰਵਾਈ ਕੀਤੀ ਹੈ ਤਾਂ ਉਹਨਾਂ 'ਤੇ ਕਾਰਵਾਈ ਕਰ ਦੇਣ ਕਮਿਸ਼ਨਰ ਸਾਹਿਬ, ਅਤੇ ਨਹੀਂ ਤਾਂ ਫਿਰ MLA ਸਾਹਿਬ 'ਤੇ ਕਾਰਵਾਈ ਕਰਨ, ਜਿਨ੍ਹਾਂ ਨੇ ਕਾਨੂੰਨ ਆਪਣੇ ਹੱਥ 'ਚ ਲਿਆ।
ਠੀਕ ਹੈ ਉਹਨਾਂ ਨੂੰ ਲੋਕਾਂ ਦੇ ਨਾਲ ਖੜਾ ਹੋਣਾ ਚਾਹੀਦਾ ਸੀ, ਪਰ ਲੋਕਾਂ ਦੇ ਵਿੱਚ ਇਹ ਵੀ ਮੈਸੇਜ ਨਹੀਂ ਜਾਣਾ ਚਾਹੀਦਾ ਹੈਗਾ ਵੀ ਜੋ ਕੁਛ ਵੀ ਹੈਗਾ ਕਾਨੂੰਨ ਆਪਣੇ ਹੱਥ 'ਚ ਲੈ ਲਓ, ਤੋੜ ਭੰਨ ਕਰ ਦਿਓ, ਇਹ ਮੈਸੇਜ ਵੀ ਨਹੀਂ ਚਾਹੀਦਾ। ਜੋ ਵੀ ਇਹ ਪ੍ਰੋਗਰਾਮ ਹੋਇਆ ਵਾ, ਇਹ ਬਿੱਟੂ ਜੀ ਜਿਵੇਂ ਕਹਿ ਕੇ ਡਰਾਮੇਬਾਜ਼ੀ ਹੋਈ, ਕਿਸ ਗੱਲ ਲਈ ਹੋਈ ਆ? ਮੈਂ ਤਾਂ ਤੁਹਾਨੂੰ ਆਲਰੇਡੀ ਕਹਿ ਰਹੀ ਹਾਂ, ਤੁਸੀਂ ਅੱਜ ਤੋਂ ਜਦੋਂ ਨਵੀਂ ਨਵੀਂ ਸਰਕਾਰ ਇਹਨਾਂ ਦੀ ਬਣੀ ਸੀ, ਕੁਮਾਰ ਮੰਡੀ ਵਾਲਾ ਇਸ਼ੂ ਦੇਖ ਲਓ, ਉਦੋਂ 2 ਦਿਨ ਧਰਨਾ ਲੱਗਿਆ ਰਿਹਾ, ਉਹ ਵੀ ਪਹਿਲਾਂ ਆਪ ਹੀ ਉਹਨਾਂ ਨੂੰ ਨੋਟਿਸ ਭਿਜਵਾ ਦਿੱਤੇ, ਮੁੜ ਕੇ ਆਪ ਹੀ ਬੈਕ ਫਰੰਟ 'ਤੇ ਆ ਗਏ। ਜੇ ਉਹ ਚੀਜ਼ਾਂ ਇਲੀਗਲ ਹੈ ਤਾਂ ਉਹ ਅੱਜ ਵੀ ਇਲੀਗਲ ਹੈ, ਕੱਲ੍ਹ ਵੀ ਇਲੀਗਲ ਹੈ, ਫਿਰ ਵਾਪਸ ਕਿਉਂ ਲਏ? ਜੇ ਇਹ ਦੁਕਾਨਾਂ ਇਲੀਗਲ ਸੀਗੀਆਂ, ਜੇ ਹਾਈਕੋਰਟ ਨੇ ਕੋਈ ਨੋਟਿਸ ਦਿੱਤਾ ਹੈ ਜਾਂ ਅਫਸਰਾਂ ਨੇ ਕੋਈ ਕਾਰਵਾਈ ਕੀਤੀ ਹੈਗੀ ਹੈ, ਤਾਂ ਫਿਰ MLA ਸਾਹਿਬ ਨੂੰ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ ਸੀ। ਸਿਰਫ ਵੋਟਾਂ ਦੀ ਰਾਜਨੀਤੀ, MP ਦੇ ਇਲੈਕਸ਼ਨ ਆਉਣ ਵਾਲੇ ਆ, ਕੌਂਸਲਰ ਦੇ ਇਲੈਕਸ਼ਨ ਹੈ, ਆਪਣੇ ਜਿਹੜੇ ਉਹਨਾਂ ਨੇ ਕੈਂਡੀਡੇਟ ਖੜ੍ਹੇ ਕਰਨੇ ਆ ਉਹਨਾਂ ਦੀ ਬਸ ਵਾਹ ਵਾਹੀ ਕਰਾਉਣੀ ਹੈ, ਹੋਰ ਕੁਛ ਨਹੀਂ ਹੈ। ਨਹੀਂ ਤਾਂ ਤੁਸੀਂ ਦੱਸੋ, ਕਿਤੇ ਬਗੈਰ ਨੋਟਿਸ ਦਿੱਤੇ ਦੁਕਾਨਾਂ ਕਦੀ ਸੀਲ ਹੋਈਆਂ? ਕੋਈ ਨੋਟਿਸ ਗਿਆ ਹੀ ਹੋਣਾ, ਕਿਸੇ ਦਾ ਪ੍ਰੈਸ਼ਰ ਹੀ ਆ ਨਾ, ਤਦ ਹੀ ਹੋਇਆ।